ਲੱਗਦਾ ਗਿਆ ਜਾਮ ਕੇ ਚੀਮਾ ਤੇ ਇੱਕ ਛੱਤ ਤੇ ਖੜੇ ਆ ਤੇ ਉਹ ਦੇਖੋ ਸਾਹਮਣੇ ਜਿਹੜਾ ਨਾ ਇੱਥੋਂ ਮੰਦਰ ਨਜ਼ਰ ਆ ਰਿਹਾ ਜੀ। ਮੰਦਰ ਹਾਲੀ ਵੀ ਇੱਥੇ ਮੌਜੂਦ ਹੈਗਾ ਤੇ ਇੱਥੇ ਇੱਕ ਬਜ਼ੁਰਗ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਜਿਹੜਾ ਉਹ ਜਾਮ ਕੇ ਦੀ ਜਿਹੜਾ ਉਹ ਕਹਾਣੀ ਉਹ ਸੁਣਾਉਂਦੇ ਆ ਤੇ ਚਲੋ ਆਹ ਬਜ਼ੁਰਗਾਂ ਨਾਲ ਜਿਹੜਾ ਉਹ ਗੱਲਬਾਤ ਕਰਨੇ ਆ। ਅੱਛਾ ਬਜ਼ੁਰਗ ਇਹ ਦੱਸੋ ਕਿ ਜਦੋਂ 47 ਵੇਲੇ ਪਾਕਿਸਤਾਨ ਬਣਿਆ ਜਦੋਂ ਤੇ ਤੁਹਾਨੂੰ ਮਤਲਬ ਜਦੋਂ ਪਤਾ ਲੱਗਾ ਉਹ ਕੀ ਟਾਈਮ ਸੀ, ਕਿਸ ਤਰ੍ਹਾਂ ਤੁਹਾਨੂੰ ਜਿਹੜਾ ਮਤਲਬ ਪਤਾ ਲੱਗਾ ਕਿ ਪਾਕਿਸਤਾਨ ਜਿਹੜਾ ਉਹ ਅੱਜ ਬਣ ਗਿਆ? ਉਹ ਜੀ ਜਿਹੜੀ ਪਾਰਟੀਸ਼ਨ ਹੋਈ ਨਾ ਲੋਕਾਂ ਰੌਲਾ ਪਾ ਗਿਆ, ਨਿਕਲਣੇ ਸ਼ੁਰੂ ਹੋ ਗਏ ਤੁਹਾਨੂੰ ਕਿੰਝ ਪਤਾ ਲੱਗਾ ਤੁਸੀਂ ਸਕੂਲੋਂ ਆਉਂਦੇ ਸੋ ਪੈ ਕਿਧਰੋਂ ਜਾਂ ਕਿਧਰੇ ਗੱਲੀ ਘਰੋਂ ਹੀ ਆਉਂਦਾ ਹਾਂ ਸਿਰ ਜੀ ਘਰੋਂ ਨਾ ਉਹ ਰੇਡੀ ਵੀ ਚੱਲਦਾ ਟੀਵੀ ਵੀ ਚੱਲਦਾ ਵੇਖੋ। ਅੱਛਾ ਉਹ ਕਿਸ ਤਰ੍ਹਾਂ ਮਾ ਤੁਸੀਂ ਹੈ ਲੰਘਦੇ ਹੋ ਪੇ ਗਲੀ ਚੋਂ ਅਜੀ ਤਾਂ ਬਾਹਰ ਆਈ ਨਾ ਹਾਂ ਮੈਂ ਕਿਹਾ ਕਿ ਮੈਂ ਕਿਹਾ ਪੰਜਾਬ ਜੀ ਨੇ ਦੇ ਕੋਈ ਨਹੀਂ ਬੋਲਦਾ ਕੌਣ ਹੈ ਅੱਛਾ ਮੈਂ ਦੱਸ ਦੇ ਪਰ ਮੈਂ ਅਜੇ ਕੋਟੇ ਦਾ ਆ ਕੇ ਬਾਜੀ ਨੇ ਚੈੱਕ ਕੀਤਾ ਤਾਂ ਕਿ ਨਾ ਜ਼ਰਾ ਡੱਬਾ ਪਿਆ। ਅੱਛਾ ਕੋਈ ਜਗ੍ਹਾ ਨਾ ਦੱਸ ਡਿਪਟੀ ਦੇ ਘਰ ਹੀ ਲੱਗਾ ਸੀ ਡੱਬਾ ਡਿਪਟੀ ਦੇ ਘਰ ਜਿੱਥੇ ਮੈਂ ਟੋਟੇ ਜਿਹੜਾ ਕੇ ਬਾਰੀ ਚ ਵੇਖਣ ਗਏ ਆ। ਅੱਛਾ ਸਕੂਲ ਨੂੰ ਚੱਲਿਆ ਜਦੋਂ ਮੈਂ ਅੱਛਾ ਅੱਛਾ ਉਸੇ ਡਿਪਟੀ ਦਾ ਹੀ ਘਰ ਸੀ ਉਸੇ ਡਿਪਟੀ ਦਾ ਘਰ ਹੀ ਸੀ। ਕੀ ਨਾਮ ਤੁਸੀਂ ਡਿਪਟੀ ਦਾ ਦੱਸਿਆ? ਡਿਪਟੀ ਰਾਧਾ ਕ੍ਰਿਸ਼ਨ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਅੱਛਾ ਬਜ਼ੁਰਗੋ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਰਹਿਮਤ ਅਲੀ ਜੀ। ਰਹਿਮਤ ਅਲੀ ਤੇ ਤੁਹਾਡੇ ਜਿਹੜੇ ਵਾਲਦ ਸਾਹਿਬ ਸਨ ਉਹਨਾਂ ਦਾ ਕੀ ਨਾਂ ਸੀ? ਮੁਹੰਮਦ ਹੁਸੈਨ। ਮੁਹੰਮਦ ਹੁਸੈਨ ਤੇ ਬਜ਼ੁਰਗੋ ਤੁਸੀਂ ਇਹ ਐਸੇ ਪਿੰਡ ਦੇ ਜਿਹੜੇ ਉਹ ਰਹਿਣ ਵਾਲੇ ਹੋ ਜੰਪਲ? ਅੱਛਾ ਤੇ ਇਹ ਪਿੰਡ ਦਾ ਕੀ ਨਾਂ ਹੈ ਜੀ? ਜਾਮ ਕੇ ਚੀਮਾ। ਜਾਮ ਕੇ ਚੀਮਾ ਤੇ ਇਹਦੇ ਨਾਲ ਨਾਲ ਜਿਹੜੇ ਕੋਈ ਪਿੰਡ ਨੇ ਉਹ ਦੱਸ ਛੱਡੋ। ਜਾਮ ਕੇ ਚੀਮਾ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਜੀ ਤੇ ਨਾਲ ਕੋਈ ਆਪਣਾ ਭਾਣੂਗੇ ਨੇ ਪਿੰਡੀਆਂ ਨੇ ਬੇਗ ਚੱਕ ਇਹ ਦਰਚਾ ਦੇ ਪਾਸੇ ਆਪਣਾ ਮੌਸਰਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਇਹ ਦੱਸੋ ਕਿ ਜਦੋਂ ਵੰਡ ਪਈ ਹੈ 1947 ਚ ਤੇ ਤੁਸੀਂ ਕਿੱਡੇ ਸੋ? ਮੈਂ ਕੋਈ 7-8 ਸਾਲ ਦਾ ਸਾਂ। ਉਂਝ ਹੋਸ਼ ਸੀ ਤੁਹਾਨੂੰ? ਸਹੀ, ਠੀਕ ਠਾਕ। ਸਹੀ ਹੋ ਗਿਆ। ਅੱਛਾ ਤੇ ਬਜ਼ੁਰਗੋ ਦੱਸੋ ਕਿ ਜਾਮ ਕੇ ਚੀਮਾ ਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਜਿਹੜੀਆਂ ਨੇ ਉਦੋਂ ਵੱਸਦੀਆਂ ਸਨ? ਇੰਡੀਆ ਵਕਤ ਵਿੱਚ ਉਦੋਂ ਜਦੋਂ ਸਾਂਝਾ ਸੀ ਉਦੋਂ ਸਿੱਖ ਵੀ ਸਨ, ਹਿੰਦੂ ਵੀ ਸਨ, ਮੁਸਲਮਾਨ ਵੀ ਸਨ, ਈਸਾਈ ਵੀ ਸਨ। ਤੇ ਇਹ ਕਿ ਕੋਈ ਨਾਂ ਲਵੋ ਕਿਹੜੇ ਕਿਹੜੇ ਇੱਥੇ ਲੰਬੜਦਾਰ ਕਿਹੜਾ ਸੀ? ਇੰਨਾ ਨਹੀਂ ਪਤਾ। ਅੱਛਾ ਤੇ ਉਂਝ ਮਸ਼ਹੂਰ ਕਿਹੜੇ ਕਿਹੜੇ ਸਨ ਬੰਦੇ ਇੱਥੋਂ ਦੇ? ਸਿੰਘਾ ਸਿੰਘ ਵਾਲੀ ਗਲੀ ਮਸ਼ਹੂਰ ਮਰੂਫ ਸੀ ਜਾਂ ਕਸ਼ਮੀਰੀ ਮਹੱਲਾ ਸੀ। ਅੱਛਾ ਅਸੀਂ ਕੋਈ ਮਹੱਲਾ ਘੁਮਿਆਰਾ ਸੀ। ਮੇਰੇ ਗੁਆਂਢ ਡਿਪਟੀ ਵਾਲੀ ਗਲੀ ਪਾਉਂਦੀ ਸੀ। ਡਿਪਟੀ ਵਾਲੀ ਗਲੀ ਤੇ ਉਹ ਡਿਪਟੀ ਕੌਣ ਸਨ? ਹਿੰਦੂ। ਹਿੰਦੂ ਸਨ। ਡਿਪਟੀ ਰਾਧਾ ਕਿਸ਼ਨ। ਡਿਪਟੀ ਰਾਧਾ ਕਿਸ਼ਨ ਹਾਂਜੀ। ਅੱਛਾ 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 ਸਹੀ ਹੈ। ਤੇ ਉਹ ਡਿਪਟੀ ਰਾਧਾ ਕਿਸ਼ਨ ਨੂੰ ਤੁਸੀਂ ਵੇਖਿਆ? ਹਾਂਜੀ। ਕਿੰਜ ਦਾ ਮਤਲਬ ਮੁਹਾਂਦਰਾ ਸੀ ਉਹ? ਪੱਕਾ ਜਿਹਾ ਰੰਗ ਸੀ ਤੇ ਮਾਤਾ ਦਾ ਸਨ ਮੂੰਹ ਤੇ ਤੇ ਦਰਮਿਆਨ ਦਾ ਕੱਦ ਸੀ, ਨਾ ਛੋਟਾ ਸੀ ਨਾ ਵੱਡਾ ਸੀ। ਤੇ ਬਾਬਾ ਠੀਕ ਠਾਕ ਉਸ ਦੌਰ ਦੇ ਅਮੀਰ ਤਰੀਨ ਲੋਕ ਸਨ ਜੀ।
ਤੇ ਤੁਸੀਂ ਉਹਨਾਂ ਨੂੰ ਵੇਖਿਆ ਤੇ ਤੁਸੀਂ ਉਦੋਂ ਮਤਲਬ ਬਚਪਨਾ ਹੀ ਤੁਹਾਡਾ ਉਹ ਜਵਾਨ ਸਨ ਜੀ ਉਹ ਜਵਾਨ ਸਨ ਉਹ ਚ ਬੰਦੇ ਆ ਗਾਈ ਮੇਰੀ ਅੱਛਾ ਅੱਛਾ ਤੇ ਉਹਦੀ ਔਲਾਦ ਵੀ ਹੈ ਸੀ ਉਦੋਂ ਔਲਾਦ ਨਹੀਂ ਦੇਖੀ ਸਿਰਫ ਮੀਆਂ ਬੀਵੀ ਵੇਖੇ ਨੇ ਤੇ ਤੁਹਾਡੇ ਨਾਲ ਸਕੂਲ ਤੁਸੀਂ ਪੜ੍ਹਦੇ ਹੋ ਜੀ ਉਦੋਂ ਸਕੂਲ ਜਾਂਦੇ ਹੋ ਤੁਸੀਂ ਆਹੋ ਪਹਿਲੀ ਦੂਜੀ ਚਾਹੀਦੇ ਅੱਛਾ ਅੱਛਾ ਤੇ ਤੁਹਾਡੇ ਨਾਲ ਵੀ ਕੋਈ ਪੜ੍ਹਦੇ ਹਨ ਹਿੰਦੂਆਂ ਚੋਂ ਸਿੱਖਾਂ ਚੋਂ ਕੋਈ ਬੱਚੇ ਨਹੀਂ ਉਸ ਵੇਲੇ ਕੋਈ ਮੇਰੇ ਨਾਲ ਨਹੀਂ ਸੀ ਅੱਛਾ ਅੱਛਾ ਤੇ ਇੱਥੇ ਸਕੂਲ ਜਿਹੜਾ ਕੋਈ ਪੁਰਾਣਾ ਉਸ ਵੇਲੇ ਦਾ ਜਾਮਕੇ ਦਾ ਹਾਈ ਸਕੂਲ ਅੱਛਾ ਹਾਈ ਸਕੂਲ ਹੈ ਤੇ ਉਸ ਤੋਂ ਬਾਅਦ ਇੱਥੇ ਉਸ ਦੌਰ ਦੀਆਂ ਜਿਹੜੀਆਂ ਕੋਈ ਚੀਜ਼ਾਂ ਹਾਲੇ ਵੀ ਮੌਜੂਦ ਨੇ ਜਿਸ ਤਰ੍ਹਾਂ ਕਿ ਮੰਦਰ ਅਸੀਂ ਦੇਖ ਰਹੇ ਸਾਂ ਮੰਦਰ ਹਾਲੇ ਵੀ ਹੈ ਮੌਜੂਦ ਹੈ ਉਹ ਪੁਰਾਣਾ ਹਾਂਜੀ ਹੋਰ ਇੱਥੇ ਉਸ ਦੌਰ ਦੇ ਵਿੱਚ ਚਰਚ ਇੱਥੇ ਜਿਹੜਾ ਉਹ ਬੜਾ ਕਾਫੀ ਮਸ਼ਹੂਰ ਹੈ ਉਹ ਵੀ ਉਦੋਂ ਦਾ ਹਾਂ ਮਿਸ਼ਨ ਸਕੂਲ ਜਿਹੜਾ ਇੱਥੇ ਉਹੀ ਮਿਸ਼ਨ ਸਕੂਲ ਨੂੰ ਬੰਦੇ ਦਾ ਅੱਛਾ ਉਹਨੂੰ ਮਿਸ਼ਨ ਸਕੂਲ ਚਰਚ ਚ ਅੱਛਾ 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 ਸਹੀ ਹੈ ਤੇ ਇੱਥੇ ਹੋਰ ਮਤਲਬ ਕਿਹੜੇ ਕਿਹੜੇ ਸਨ ਤੁਸੀਂ ਚੋਪੜਾ ਖਾਨਦਾਨ ਦਾ ਜਿਹੜਾ ਉਹ ਇੱਕ ਆਪਣਾ ਘਰ ਸੀ ਚੋਪੜਿਆਂ ਦਾ ਕੀ ਨਾਮ ਸੀ ਚੋਪੜਾ ਨੂੰ ਕਹਿੰਦੇ ਸੀ ਲਤੀਫ ਚੋਪੜਾ ਹਾਂਜੀ ਅੱਛਾ ਉਹ ਇੱਕ ਮੱਧਾ ਕੰਮ ਵੀ ਕਰਦੇ ਹਨ ਅੱਛਾ ਕੋਈ ਡਾਕਟਰ ਸ਼ਾਕਟਰ ਤੇ ਐਸੀ ਉਹਨਾਂ ਕੋਲ ਵੇਖਿਆ ਉਸ ਉਹਨਾਂ ਨੂੰ ਵੀ ਵੇਖਿਆ ਆਪਣਾ ਇਹ ਨਹੀਂ ਪਤਾ ਉਹ ਸਿੱਖ ਸਿੱਖੋ ਮੁਸਲਮਾਨ ਹੋਏ ਜਾਂ ਆਪਣਾ ਤੋਂ ਹਿੰਦੂਆਂ ਤੋਂ ਮੁਸਲਮਾਨ ਹੋਏ ਅੱਛਾ ਅੱਛਾ ਤੇ ਉਹਨਾਂ ਨੂੰ ਵੇਖਿਆ ਤੁਸੀਂ ਡਾਕਟਰ ਸਾਹਿਬ ਨੂੰ ਸਹੀ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਕੀ ਨਾਂ ਨੇ ਉਹਦੇ ਬੱਚੇ ਦਾ ਨਾਂ ਸੀ ਇੱਕ ਦਾ ਨਾਂ ਅਬਦੁਲ ਗਣੇ ਅੱਛਾ ਉਹਨਾਂ ਦੇ ਪਿਓ ਦਾ ਨਾਂ ਲਤੀਫ ਸੀ ਲਤੀਫ ਰੱਖਿਆ ਗਿਆ ਸੀ ਰੱਖਿਆ ਗਿਆ ਸੀ ਹਾਂ ਜਦੋਂ ਸਾਰੇ ਮੁਸਲਮਾਨ ਹੋਏ ਨੇ ਉਹ ਲੰਬੜਦਾਰ ਕੌਣ ਸੀ ਕੋਈ ਹਿੰਦੂਆਂ ਚੋ ਸੀ ਕੋਈ ਉਹਨਾਂ ਚ ਕੋਈ ਪਤਾ ਨੀ ਇੰਨਾ ਚੇਤਾ ਨੀ ਅੱਛਾ ਅੱਛਾ ਤੇ ਉਦੋਂ ਇੱਥੇ ਕੋਈ ਹੱਟੀ ਛੱਟੀ ਕਿਹਦੀ ਹੁੰਦੀ ਸੀ ਕੋਈ ਹੱਟੀਆਂ ਇੱਥੇ ਡਾਕਟਰ ਤੇ ਇੱਕ ਨਮਤਰਾਮ ਹੁੰਦਾ ਸੀ ਅੱਛਾ ਤੇ ਇਹ ਗਲੀ ਉਹਨਾਂ ਹਿੰਦੂਆਂ ਦੀ ਫੁਆਦੀ ਸੀ ਕਿਉਂਕਿ ਸਿੰਘਾਂ ਦੀ ਗਲੀ ਸਾਡੇ ਤੋਂ ਦੂਰ ਸੀ ਉਹਨਾਂ ਦੇ ਨਾਵਾਂ ਚ ਕੋਈ ਨਹੀਂ ਜਾਣਦੇ ਅੱਛਾ 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 ਤੇ ਇੱਥੇ ਜਿਹੜਾ ਜਿੱਥੋਂ ਕੋਈ ਚੀਜ਼ ਚੂਜ਼ ਲਿਆਉਂਦੇ ਸੋ ਮਤਲਬ ਇਹ ਕਿ ਬਚਪਨਾ ਹੀ ਤੁਹਾਡਾ ਕਿਹੜੀ ਹੱਟੀ ਤੋਂ ਖਰੀਦਦੇ ਹੋ ਕੋਈ ਮੱਛੀਆਂ ਟਾਫੀਆਂ ਕਿਹਦੀ ਮਸ਼ਹੂਰ ਸੀ ਉਦੋਂ ਕਰਿਆਨੇ ਦੀ ਕਿਹਦੀ ਦੁਕਾਨ ਸੀ ਕਰਿਆਨੇ ਦੀ ਕਿਹਦੀ ਦੁਕਾਨ ਸੀ ਇੱਥੇ ਹੁੰਦਾ ਨਾ ਮੁਖਲਿਫ ਜਗ੍ਹਾ ਤੇ ਕਹਿੰਦੇ ਨੇ ਜੀ ਮੁਨਸ਼ੀਆਂ ਦੀ ਹੱਟੀ ਸੀ ਬੜੀ ਮਸ਼ਹੂਰ ਸੀ ਜਾਂ ਫਲਾਂ ਹੱਟੀ ਜਿਹੜੀ ਹੈ ਤੇਲੀਆਂ ਦੀ ਹੱਟੀ ਨਹੀਂ ਉਸ ਤੋਂ ਬਾਅਦ ਫਿਰ ਸਾਡੇ ਉਹ ਆਪਣਾ ਮਾਪਦੀ ਨੇ ਹੁੰਦਾ ਸੀ ਬਲੇਦੀ ਉਹਨੂੰ ਕਰਕੇ ਸਾਡੇ ਸਨ ਉਹਨਾਂ ਕਰਿਆਨੇ ਦੀ ਦੁਕਾਨ ਸਿਰ ਰੱਖੀ ਸੀ ਇੰਨਾ ਉਹਦਾ ਪਤਾ ਤੇ ਇੱਥੇ ਪਿੰਡ ਦੇ ਵਿੱਚ ਕੋਈ ਖੂਹੀਆਂ ਵੀ ਹੈ ਸਨ ਉਦੋਂ ਹੈਜੀ ਖੂਹੀਆਂ ਵੀ ਕੋਈ ਹਨ ਪਿੰਡ 'ਚ ਕੁੜੀਆਂ ਖੂਹੀਆਂ 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 ਹਾਂ ਖੂਹੀ ਐਸੇ ਗਲੀ ਦੇ ਵਿੱਚ ਹੀ ਖੂਹੀ ਇੱਕ ਹੁੰਦੀ ਸੀ ਸਾਡੇ ਅੱਛਾ 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 ਤੇ ਇੱਥੇ ਖੂਹ ਕਿਤੇ ਕਿਤੇ ਹਨ ਕੋਈ ਮਸ਼ਹੂਰ ਖੂਹ ਕੋਈ ਹੈ ਸਨ ਜਾਮਕੇ ਦੇ ਵਿੱਚ ਕਹਿੰਦੇ ਨਾ ਪਿਪਲੀ ਵਾਲਾ ਖੂਹ ਟਾਲੀ ਲੱਖੋ ਵਾਲੇ ਖੂਹ ਤਾਂ ਹੁੰਦਾ ਸੀ ਇੱਕ ਅੱਛਾ ਤੇ ਯਾਰ ਇੱਥੇ ਇੱਕ ਸਿੱਖ ਹੁੰਦਾ ਸੀ ਉਹਦਾ ਖੂਹ ਸੀ ਸਾਹਮਣੇ ਸੜਕ ਤੇ ਰਮਨ ਦੇ ਘਰਾਂ ਦੇ ਸਾਹਮਣੇ ਹੁੰਦਾ ਨਾ ਮਸ਼ਹੂਰ ਹਾਲੇ ਵੀ ਕਿਉਂਕਿ ਨਾਂ ਤੇ ਹਾਲੇ ਵੀ ਉਹ ਹੀ ਚੱਲ ਰਹੇ ਨੇ ਪਿੰਡਾਂ ਦੇ ਵਿੱਚ ਕਿ ਇਹ ਫਲਾਣਾ ਖੂਹ ਪਿਪਲੀ ਵਾਲਾ ਪਿਪਲੀ ਟਾਲੀ ਵਾਲਾ ਆਪਣਾ ਇੱਥੇ ਇੱਕ ਖੂਹ ਹੁੰਦਾ ਸੀ ਐਸੇ ਮਹੱਲੇ ਦੇ ਨਾਲ ਪਰਲੀ ਸਾ ਉਹਨੂੰ ਬੂਹੇ ਵਾਲਾ ਖੂਹ ਖਵਾਉਂਦਾ ਸੀ ਬੂਹੇ ਵਾਲਾ ਖੂਹ ਠੀਕ ਹੋ ਗਿਆ ਸਹੀ ਹੋ ਗਿਆ ਤੇ ਇਹ ਪਿੰਡ ਜਿਹੜਾ ਹੈ ਇੱਥੇ ਮਤਲਬ ਜ਼ਿਆਦਾ ਕਿਹੜੀ ਬਰਾਦਰੀ ਜਿਹੜੀ ਉਹ ਵੱਸਦੀ ਸੀ ਹਿੰਦੂ ਸਨ ਸਿੱਖ ਸਨ ਜ਼ਿਆਦਾ ਸਿੱਖ ਸਨ ਜ਼ਿਆਦਾ ਅੱਛਾ ਬਜ਼ੁਰਗੋ ਇਹ ਦੱਸੋ ਕਿ ਜਦੋਂ
47 वेले पाकिस्तान बनया जदों, तो तुहानू मतलब जो पता लगा वो की टाइम सी, किस तरह तुहानू जिहड़ा मतलब पता लगा कि पाकिस्तान जिहड़ा वो अज बन गया है? वो जी जो जिस घड़ी पार्टीशन हुई है ना, तो उधर से लोगों का रौला पा गया, निकलने शुरू हो गए। कोई दरबा के साइड में निकल गए लाहौर वाल, हाँ जी, कोई जिते जिते कह रहा रूह आया उसने वो टुर टर गए। ते तुहानू कि नहीं पता लगा, तुसीं स्कूलों आउंदे सो पे किधरों या किधरे नहीं, गली मैं घरों ही आता हाँ, सिर्फ जो घरों? उन्होंने वो रेडियो चलता टीवी पर चलता वेख्या। अच्छा, वो किस तरह मतलब तुसीं लंघदे हो पे गली चो हाँ ते? जी, तो आवाज आई ना, हाँ तो मैं खड़ो के मैं क्या बंदा परिंदे से कोई नहीं बोलता कौन है पे, और ना अच्छा मैं रह सकता। फिर मैं अच्छा कोटे हटा के बारी ने चेक किया, था कि इन्ना सारा डब्बा पे है, अच्छा वो ही पे गला करता सी। हाँ, उदो तुम उस सुने? डिप्टी ने मैं वेख्या उसने, उन्होंने बंद करके ना हाँ, आपी, फिर जाके अपनी बेगम ने दसन लग गया। वो ही डिप्टी दे घर ही लगा सी वो वो तो डब्बा? डिप्टी के घर जिसे मैं पोटे हड़ा के बारी च वेखन डे आ, अच्छा स्कूल में चलिया जो, तो मैं अच्छा अच्छा उसे डिप्टी दे ही घर सी उस है। डिप्टी का घर ही सी। की नाम तुम डिप्टी का दस्या है? डिप्टी राधा किशन, डिप्टी राधा किशन। ते वो फिर अपनी बुढ़ी ने गल करता सी हाँ पे? जी, कख लगा भाई साढ़ा कम हो गया ही, तो मंजी सच हो गए, बनना बन लो, तो निकलना की गल करो। वो सारे तो पहले वो ही निकलिया सी, ड्यूटी उसकी सियालकोट सी। सही। ते इत्थे कोई खत्रियां दे कोई सुनियारियां दे भी कोई घर है ऐसा? ड्यूटी का नहीं, तो अपना सुनियारे का नाल दी गली घर दी ते ओदा की नाम ही सुनियारे दा? रला सुनियारा। रला सुनियारा। ते वो भी उस दौर दा ठीक ठाक अमीर बंदा सी? हाँ चंगा भला सी, भरा ते वो किन्ने भरा हन नहीं देखे था, मैं सिर्फ वो ही नहीं देखा। वो भी उन्होंने? उदो जो टप मार के गर्दन ओनू मारिया सन ना, पिंड मुंडिया ने रल के बदमाश ने जेड़े आए सन, बड़ा जुल्म होया फिर उन्होंने जी। तो मैं भी एवं वेखन गया ना, तो कोई पुलिस वाला जी आख ला ओ की कर रहा तेनू, मैं कहा मैं वेखन डेया इन्हू लो किसों हो गया, तो वेख के आखना टप मारे लहू जरा बाहर गली वगैया नाली रस्ते, तो मैनू आंदे वेखो ये मुंडा किन्ना कोई डरदा तो नहीं लहू को, ते मैं ओ जड़ा लहू सुनियारा सी हाँ ये रला ओ सुनियारा आहो ओदे बच्चियां ने ना वेख्या उन्हू आके, ना। वो कल्ला ही सी उदो नहीं इत्थे? क्या दो अपन दो बच्चे सन, अच्छा एक बची सी अच्छा ते वो मुंडिया का ना तो कोई ना, तो नाल ही अपना वो जिस घड़ी वो कतल होया ना, उस मुंडा भी ओदा मगर टुर गया। दूजा मुंडा जेड़ा सी ना छोटा, जानी कि मेरे को कद दा, उन्होंने तंदूर च वाड़ के ना उसने दबड़ा दे छड़िया किन्ने? ओदी भैन ने। अच्छा, ते फिर दूजा जड़ा सी भरा? दूजा जरा प्यो से मदद टुर गया, उस तो बाद मैं नहीं वेख्या उन्होंने, वो भी पता नहीं फिर बचिया कि नहीं बचिया, बच गए यार सुने। हाँ बच गया सी वो? जी बच गए, बाकी मेरा हाल उसे जाके पढ़ गया, उधर टुर गया उस वो भी बस, नाल ही टुर गया फिर कई बाद च, भैन भैन भी उन्हां दी टुर गई? भी टुर गई, माँ पता नहीं मर गई कि है सी उसका नहीं पता। ते दूसरे नंबर से के हाँ वो सुनने च आया कि रले सुनारे का मुंडा जरा पायलट लगा, पायलट हो गया। वो किस तरह तुहानू पता लगा? वो बोली तो कोई जेड़े कोई आते जाते रहे ने, कोई सिख यात्री कोई हिंदू शिंदू, उन्होंने पता मुँह शुआ निकलिया के दसिया को रले का मुंडा पायलट हो गया अपना हवाई जहाज महकमे च, तो चलाए भी नहीं उन्हें वो जा उस दरान चो जाग उस सड़क से ढेर बड़ा सी ना, अच्छा, अभी तो मिसाल के जोड़े कहते हैं तो माशाल्लाह साढ़े वो चीज में होना ते मुंडे ओदा नहीं मुंडा जेड़ा वो तुहाडा हो सकदा नहीं होए? जी, मुंडा हाँ, बड़ा सी उदा, वो एदा मतलब है ओदा मुंडा भी हुण वडेरा हो गया होना, वो हाँ भी हुण हो तो सकदा, वडेरा ही पता हो नहीं गया है है, भी है कि नहीं हुण है। तो ये भी कोई पता नहीं।
ਉਦੋਂ ਪਿੱਛੋਂ ਕਿਹੜੀ ਕੋਈ ਕਿਸੇ ਨਾਲ ਮੁਲਾਕਾਤ ਹੋਈ ਹੈ ਜਾਂ ਉਹਨਾਂ ਘਰਦਿਆਂ ਨਾਲ ਜਾਂ ਉਹਨਾਂ ਨੂੰ।